ਇੱਕ ਇੱਕ ਕਰਕੇ ਤਿੰਨ ਟਰੱਕਾਂ ਦੀ ਆਪਸ ਦੇ ਵਿੱਚ ਜ਼ੋਰਦਾਰ ਟੱਕਰ ਹੋਈ ਹੈ, ਜਿਸ ਤੋਂ ਬਾਅਦ ਸੜਕ ਤੇ ਭਾਜੜਾ ਪੈ ਗਈਆਂ। ਇੱਥੇ ਇੱਕ ਇੱਕ ਕਰਕੇ ਤਿੰਨ ਟਰੱਕ ਆਪਸ 'ਚ ਟਕਰਾਏ ਨੇ, ਡਰਾਈਵਰ ਜ਼ਖਮੀ ਹੋਏ ਨੇ ਤੇ ਟਰੱਕ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਨੇ। ਤਸਵੀਰਾਂ ਰਾਜਪੁਰਾ ਚੰਡੀਗੜ੍ਹ ਰੋਡ ਦੀਆਂ ਨੇ, ਜਿੱਥੇ ਫੈਕਟਰੀ ਦੇ ਨੇੜੇ ਇਹ ਤਿੰਨ ਟਰੱਕ ਆਪਸ 'ਚ ਟਕਰਾ ਗਏ। ਦੱਸਿਆ ਜਾ ਰਿਹਾ ਹੈ ਕਿ ਅੱਗੇ ਜਾ ਰਹੇ ਟਰਾਲੇ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਤਾਂ ਪਿੱਛੋਂ ਆਉਂਦੇ ਦੋ ਟਰੱਕ ਇੱਕ ਇੱਕ ਕਰਕੇ ਇਸ ਦੇ ਵਿੱਚ ਜਾ ਵੱਜੇ, ਜਿਸ ਕਰਕੇ ਵਿਚਾਲੇ ਵਾਲੇ ਟਰੱਕ ਡਰਾਈਵਰ ਨੂੰ ਜ਼ਿਆਦਾ ਸੱਟਾਂ ਲੱਗੀਆਂ ਨੇ ਤੇ ਵਿਚਾਲੇ ਵਾਲਾ ਟਰੱਕ ਦਾ ਮੂਰਲਾ ਹਿੱਸਾ ਬੁਰੀ ਤਰ੍ਹਾਂ ਨਾਲ ਚਕਨਾ ਚੂਰ ਹੋ ਗਿਆ ਹੈ, ਜੋ ਕਿ ਇਹਨਾਂ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਅਗਲੇ ਹਿੱਸੇ ਦੇ ਵਾਈਪਰ ਤੱਕ ਟੁੱਟ ਕੇ ਹੇਠਾਂ ਡਿੱਗ ਗਏ ਨੇ। ਪੂਰਾ ਸ਼ੀਸ਼ਾ ਤੇ ਪੂਰਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ, ਚਕਨਾ ਚੂਰ ਹੋ ਗਿਆ ਹੈ ਤੇ ਇਸ ਵਿੱਚ ਸਵਾਰ ਡਰਾਈਵਰ ਵੀ ਗੰਭੀਰ ਜ਼ਖਮੀ ਹੈ। ਹਾਲਾਂਕਿ ਬਾਕੀ ਟਰੱਕ ਚਾਲਕਾਂ ਨੂੰ ਵੀ ਸੱਟਾਂ ਲੱਗੀਆਂ ਨੇ, ਪਰ ਇੱਕ ਟਰੱਕ ਡਰਾਈਵਰ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਟੀਮ ਦੇ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਇਸ ਹਾਦਸੇ ਤੋਂ ਬਾਅਦ ਸੜਕ ਤੇ ਵੀ ਲੰਬਾ ਜਾਮ ਲੱਗ ਗਿਆ। ਰਾਹਗੀਰ ਵੀ ਪਰੇਸ਼ਾਨ ਹੋਣ ਲੱਗੇ, ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਇਸ ਜਾਮ ਨੂੰ ਖੁਲਵਾਇਆ ਗਿਆ, ਟਰੱਕਾਂ ਨੂੰ ਇੱਕ ਪਾਸੇ ਕਰਵਾਇਆ ਗਿਆ। ਹਾਦਸਾ ਬੇਹੱਦ ਭਿਆਨਕ ਸੀ, ਪਰ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹਨਾਂ ਟਰੱਕਾਂ ਦੀ ਲਪੇਟ ਵਿੱਚ ਹੋਰ ਵੀ ਵਾਹਨ ਆ ਸਕਦੇ ਸਨ, ਸੋ ਕਹਿ ਸਕਦੇ ਹੈ ਕਿ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਜੋ ਟਲ ਗਿਆ। ਹਾਲਾਂਕਿ ਇਹਨਾਂ ਟੱਕਰ ਹੋਏ ਟਰੱਕਾਂ ਦੇ ਡਰਾਈਵਰ ਜਿਹੜੇ ਨੇ ਉਹ ਜ਼ਖਮੀ ਜ਼ਰੂਰ ਨੇ, ਹਸਪਤਾਲ 'ਚ ਜ਼ੇਰੇ ਇਲਾਜ ਨੇ, ਪਰ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਸੀਂ ਨਵਾਂ ਬੱਸ ਸਟੈਂਡ ਪਟਿਆਲੇ ਤੋਂ ਅਸੀਂ ਟੋਲ ਪਲਾਜ਼ਾ ਜਿਹੜਾ ਸਾਡਾ ਰੂਟ ਆ ਉਹਦੇ ਤਾਇਨਾਤ ਹੋਈ ਹੈ। ਸਰ ਜੀ, ਐਕਸੀਡੈਂਟ ਬਾਰੇ ਜਾਣਕਾਰੀ ਦਿਓ, ਜਿਹੜਾ ਕੀ ਫੈਕਟਰੀ ਕੋਲ ਹੋਇਆ? ਐਕਸੀਡੈਂਟ ਚੰਡੀਗੜ੍ਹ ਵੱਲੋਂ ਦੋ ਟਰਾਲੇ ਆ ਰਹੇ ਸੀ, ਰਾਜਪੁਰੇ ਜਾ ਰਹੇ ਸੀ ਅਤੇ ਅਗਲੇ ਟਰਾਲੇ ਨੇ ਬ੍ਰੇਕ ਮਾਰੀ, ਅਚਾਨਕ ਜਿਹੜਾ ਪਿੱਛੇ ਗੱਡੀ ਸੀ ਉਹਦੀ ਵਿੱਚ ਵੱਜੀ ਹੈ, ਜਿਹਦੇ ਕਰਕੇ ਜਿਹੜੀ ਪਿਛਲੀ ਗੱਡੀ ਦਾ ਡਰਾਈਵਰ ਆ ਉਹ ਇੰਜਰਡ ਹੋ ਗਿਆ ਸੀ ਅਤੇ ਉਹਨੂੰ ਅਸੀਂ ਮੌਕੇ 'ਤੇ ਪਹੁੰਚ ਕੇ ਅਤੇ ਉਹਨੂੰ ਹਸਪਤਾਲ ਦਾਖਲ ਕਰਾ ਤਾ ਮੁੱਢਲੀ ਸਹਾਇਤਾ ਦੇ ਕੇ ਅਤੇ ਉਹ ਹੁਣ ਐਪੀਜੈਨ ਹਸਪਤਾਲ 'ਚ ਦਾਖਲ। ਸਰ ਜੀ, ਕਿੰਨੇ ਕੁ ਲੋਕਾਂ ਦੀ ਜਾਨ ਤੁਸੀਂ ਇਸ ਮਹੀਨੇ ਦੇ ਵਿੱਚ ਬਚਾਈ ਹੈਗੀ? ਸਰ ਸਰ ਅਸੀਂ ਲਗਭਗ ਤਕਰੀਬਨ 50-60 ਦੇ ਕਰੀਬ ਐਕਸੀਡੈਂਟ ਇਸ ਮਹੀਨੇ ਦੇ ਅੰਦਰ ਡੀਲ ਕੀਤੇ ਹਨ ਅਤੇ ਉਹਦੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਵੀ ਹੁੰਦੇ ਨੇ ਅਤੇ ਬਹੁਤ ਸਾਰੇ ਲੋਕ ਮਤਲਬ ਇੱਕ ਦੋ ਕੇਸ ਐਵੇਂ ਦੇ ਡੈਥ ਕੇਸ ਵੀ ਹੋ ਜਾਂਦੀ ਹੈ, ਪਰ ਜ਼ਖਮੀਆਂ ਦੀ ਉਹਨਾਂ ਮੁੱਢਲੀ ਸਹਾਇਤਾ ਦੇ ਕੇ ਉਹਨਾਂ ਨੂੰ ਜਿਹੜੇ ਵੀ ਹਸਪਤਾਲ ਲਵੇ ਪੈਂਦਾ ਉਹਦੇ 'ਚ ਉਹਨਾਂ ਨੂੰ ਦਾਖਲ ਕਰਾ ਦਿੱਤਾ। ਸਰ ਜੀ, ਲੋਕਾਂ ਨੂੰ 112 ਦਾ ਕਿੰਨਾ ਕੁ ਫਾਇਦਾ ਹੋਇਆ? ਲੋਕਾਂ ਨੂੰ ਦੇਖੋ, ਇਹ ਤਾਂ ਲੋਕਾਂ ਨੂੰ ਪਤਾ ਹੋਣਾ 112 ਦਾ ਕਿੰਨਾ ਕੁ ਫਾਇਦਾ, ਪਰ ਅਸੀਂ ਸਾਡੀ ਜਿਹੜੀ ਡਿਊਟੀ ਹੈ ਉਹ ਅਸੀਂ ਪੂਰੀ ਤਨਦੇਹੀ ਨਾਲ ਕਰ ਰਹੇ ਹਾਂ। ਇੱਕ ਇੱਕ ਕਰਕੇ ਤਿੰਨ ਟਰੱਕਾਂ ਦੀ ਆਪਸ ਦੇ ਵਿੱਚ ਜ਼ੋਰਦਾਰ ਟੱਕਰ ਹੋਈ ਹੈ, ਜਿਸ ਤੋਂ ਬਾਅਦ ਸੜਕ ਤੇ ਭਾਜੜਾ ਪੈ ਗਈਆਂ। ਇੱਥੇ ਇੱਕ ਇੱਕ ਕਰਕੇ ਤਿੰਨ ਟਰੱਕ ਆਪਸ 'ਚ ਟਕਰਾਏ ਨੇ, ਡਰਾਈਵਰ ਜ਼ਖਮੀ ਹੋਏ ਨੇ ਤੇ ਟਰੱਕ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਨੇ। ਤਸਵੀਰਾਂ ਰਾਜਪੁਰਾ ਚੰਡੀਗੜ੍ਹ ਰੋਡ ਦੀਆਂ ਨੇ, ਜਿੱਥੇ ਫੈਕਟਰੀ ਦੇ ਨੇੜੇ ਇਹ ਤਿੰਨ ਟਰੱਕ ਆਪਸ 'ਚ ਟਕਰਾ ਗਏ। ਦੱਸਿਆ ਜਾ ਰਿਹਾ ਹੈ ਕਿ ਅੱਗੇ ਜਾ ਰਹੇ ਟਰਾਲੇ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਤਾਂ ਪਿੱਛੋਂ ਆਉਂਦੇ ਦੋ ਟਰੱਕ ਇੱਕ ਇੱਕ ਕਰਕੇ ਇਸ ਦੇ ਵਿੱਚ ਜਾ ਵੱਜੇ, ਜਿਸ ਕਰਕੇ ਵਿਚਾਲੇ ਵਾਲੇ ਟਰੱਕ ਡਰਾਈਵਰ ਨੂੰ ਜ਼ਿਆਦਾ ਸੱਟਾਂ ਲੱਗੀਆਂ ਨੇ ਤੇ ਵਿਚਾਲੇ ਵਾਲਾ ਟਰੱਕ ਦਾ ਮੂਰਲਾ ਹਿੱਸਾ ਬੁਰੀ ਤਰ੍ਹਾਂ ਨਾਲ ਚਕਨਾ ਚੂਰ ਹੋ ਗਿਆ ਹੈ, ਜੋ ਕਿ ਇਹਨਾਂ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਅਗਲੇ ਹਿੱਸੇ ਦੇ ਵਾਈਪਰ ਤੱਕ ਟੁੱਟ ਕੇ ਹੇਠਾਂ ਡਿੱਗ ਗਏ ਨੇ। ਪੂਰਾ ਸ਼ੀਸ਼ਾ ਤੇ ਪੂਰਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ, ਚਕਨਾ ਚੂਰ ਹੋ ਗਿਆ ਹੈ ਤੇ ਇਸ ਵਿੱਚ ਸਵਾਰ ਡਰਾਈਵਰ ਵੀ ਗੰਭੀਰ ਜ਼ਖਮੀ ਹੈ। ਹਾਲਾਂਕਿ ਬਾਕੀ ਟਰੱਕ ਚਾਲਕਾਂ ਨੂੰ ਵੀ ਸੱਟਾਂ ਲੱਗੀਆਂ ਨੇ, ਪਰ ਇੱਕ ਟਰੱਕ ਡਰਾਈਵਰ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।
ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਟੀਮ ਦੇ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਇਸ ਹਾਦਸੇ ਤੋਂ ਬਾਅਦ ਸੜਕ ਤੇ ਵੀ ਲੰਬਾ ਜਾਮ ਲੱਗ ਗਿਆ। ਰਾਹਗੀਰ ਵੀ ਪਰੇਸ਼ਾਨ ਹੋਣ ਲੱਗੇ, ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਇਸ ਜਾਮ ਨੂੰ ਖੁਲਵਾਇਆ ਗਿਆ, ਟਰੱਕਾਂ ਨੂੰ ਇੱਕ ਪਾਸੇ ਕਰਵਾਇਆ ਗਿਆ। ਹਾਦਸਾ ਬੇਹੱਦ ਭਿਆਨਕ ਸੀ, ਪਰ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹਨਾਂ ਟਰੱਕਾਂ ਦੀ ਲਪੇਟ ਵਿੱਚ ਹੋਰ ਵੀ ਵਾਹਨ ਆ ਸਕਦੇ ਸਨ, ਸੋ ਕਹਿ ਸਕਦੇ ਹੈ ਕਿ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਜੋ ਟਲ ਗਿਆ। ਹਾਲਾਂਕਿ ਇਹਨਾਂ ਟੱਕਰ ਹੋਏ ਟਰੱਕਾਂ ਦੇ ਡਰਾਈਵਰ ਜਿਹੜੇ ਨੇ ਉਹ ਜ਼ਖਮੀ ਜ਼ਰੂਰ ਨੇ, ਹਸਪਤਾਲ 'ਚ ਜ਼ੇਰੇ ਇਲਾਜ ਨੇ, ਪਰ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਸੀਂ ਨਵਾਂ ਬੱਸ ਸਟੈਂਡ ਪਟਿਆਲੇ ਤੋਂ ਅਸੀਂ ਟੋਲ ਪਲਾਜ਼ਾ ਜਿਹੜਾ ਸਾਡਾ ਰੂਟ ਆ ਉਹਦੇ ਤੈਨਾਤ ਹੋਈਏ। ਸਰ ਜੀ, ਐਕਸੀਡੈਂਟ ਬਾਰੇ ਜਾਣਕਾਰੀ ਦਿਓ, ਜਿਹੜਾ ਕੀ ਫੈਕਟਰੀ ਕੋਲ ਹੋਇਆ? ਐਕਸੀਡੈਂਟ ਚੰਡੀਗੜ੍ਹ ਵੱਲੋਂ ਦੋ ਟਰਾਲੇ ਆ ਰਹੇ ਸੀ, ਰਾਜਪੁਰੇ ਜਾ ਰਹੇ ਸੀ ਅਤੇ ਅਗਲੇ ਟਰਾਲੇ ਨੇ ਬ੍ਰੇਕ ਮਾਰੀ, ਅਚਾਨਕ ਜਿਹੜਾ ਪਿੱਛੇ ਗੱਡੀ ਸੀ ਉਹਦੀ ਵਿੱਚ ਵੱਜੀ ਹੈ, ਜਿਹਦੇ ਕਰਕੇ ਜਿਹੜੀ ਪਿਛਲੀ ਗੱਡੀ ਦਾ ਡਰਾਈਵਰ ਆ ਉਹ ਇੰਜਰਡ ਹੋ ਗਿਆ ਸੀ ਅਤੇ ਉਹਨੂੰ ਅਸੀਂ ਮੌਕੇ 'ਤੇ ਪਹੁੰਚ ਕੇ ਅਤੇ ਉਹਨੂੰ ਹਸਪਤਾਲ ਦਾਖਲ ਕਰਾ ਤਾ ਮੁੱਢਲੀ ਸਹਾਇਤਾ ਦੇ ਕੇ ਅਤੇ ਹੁਣ ਏ ਪੀ ਜੈਨ ਹਸਪਤਾਲ 'ਚ ਦਾਖਲ। ਸਰ ਜੀ, ਕਿੰਨੇ ਕੁ ਲੋਕਾਂ ਦੀ ਜਾਨ ਤੁਸੀਂ ਇਸ ਮਹੀਨੇ ਦੇ ਵਿੱਚ ਬਚਾਈ ਹੈਗੀ? ਸਰ ਸਰ ਅਸੀਂ ਲਗਭਗ ਤਕਰੀਬਨ 50-60 ਦੇ ਕਰੀਬ ਐਕਸੀਡੈਂਟ ਇਸ ਮਹੀਨੇ ਦੇ ਅੰਦਰ ਡੀਲ ਕੀਤੇ ਹਨ ਅਤੇ ਉਹਦੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਵੀ ਹੁੰਦੇ ਨੇ ਅਤੇ ਬਹੁਤ ਸਾਰੇ ਲੋਕ ਮਤਲਬ ਇੱਕ ਦੋ ਕੇਸ ਐਵੇਂ ਦੇ ਡੈਥ ਕੇਸ ਵੀ ਹੋ ਜਾਂਦੀ ਹੈ, ਪਰ ਜ਼ਖਮੀਆਂ ਦੀ ਉਹਨਾਂ ਮੁੱਢਲੀ ਸਹਾਇਤਾ ਦੇ ਕੇ ਉਹਨਾਂ ਨੂੰ ਜਿਹੜੇ ਵੀ ਹਸਪਤਾਲ ਲਵੇ ਪੈਂਦਾ ਉਹਦੇ 'ਚ ਉਹਨੂੰ ਦਾਖਲ ਕਰਾ ਦੇ। ਸਰ ਜੀ, ਲੋਕਾਂ ਨੂੰ 112 ਦਾ ਕਿੰਨਾ ਕੁ ਫਾਇਦਾ ਹੋਇਆ? ਲੋਕਾਂ ਨੂੰ ਦੇਖੋ, ਇਹ ਤਾਂ ਲੋਕਾਂ ਨੂੰ ਪਤਾ ਹੋਣਾ 112 ਦਾ ਕਿੰਨਾ ਕੁ ਫਾਇਦਾ, ਪਰ ਅਸੀਂ ਸਾਡੀ ਜਿਹੜੀ ਡਿਊਟੀ ਹੈ ਉਹ ਅਸੀਂ ਪੂਰੀ ਤਨਦੇਹੀ ਨਾਲ ਕਰ ਰਹੇ ਹਾਂ।